ਚੜ੍ਹਦੀ ਉਮਰ ਦੇ ਵਿੱਚ ਜਿਹੜੇ ਨਵੇਂ ਮੁੰਡੇ ਨੇ ਉਹ ਤਕਰੀਬਨ ਇਸ ਬਿਮਾਰੀ ਤੋਂ ਪੀੜਿਤ ਹੋ ਕੇ ਕਿਸੇ ਦੀ ਰਾਏ ਲਏ ਤੋਂ ਬਿਨਾਂ ਆਪਣੀ ਮਰਜ਼ੀ ਨਾਲ ਨਿੱਟ ਤੇ ਦੇਖ ਕੇ ਜਾਂ ਕਿਸੇ ਦੇ ਮਗਰ ਲੱਗ ਕੇ ਕਹੀ ਸੁਣੀ ਗੱਲ ਸੁਣ ਕੇ ਦਵਾਈਆਂ ਵਰਤਦੇ ਰਹਿੰਦੇ ਆ, ਵਿੱਚੋਂ ਮੇਨ ਕਾਰਨ ਨਹੀਂ ਦੇਖਦੇ। ਚੜ੍ਹਦੀ ਜਵਾਨੀ ਦੇ ਵਿੱਚ ਬੰਦੇ ਨੂੰ ਥੋੜ੍ਹਾ ਜਿਹਾ ਇੱਧਰ ਵੱਲ ਇੰਟਰਸਟ ਹੁੰਦਾ, ਹਰਕਤ ਵਧਣ ਦੇ ਨਾਲ ਇੰਦਰੀ 'ਚ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ। ਤਕਰੀਬਨ 35% ਲੋਕ ਐਸੇ ਵੀ ਆਉਂਦੇ ਨੇ ਜਿਹੜੇ ਵਿਆਹੇ ਵਰੇ ਵੀ ਜਿਨ੍ਹਾਂ ਦੇ ਲੀਕ ਹੁੰਦਾ ਰਹਿੰਦਾ। ਸਭ ਤੋਂ ਵੱਡਾ ਕਾਰਨ ਅਸੀਂ ਆਪਣੀ ਜਿਹੜੀ ਪ੍ਰੋਬਲਮ ਆ ਉਹਨੂੰ ਖੁੱਲ੍ਹ ਕੇ ਸ਼ੇਅਰ ਨਹੀਂ ਕਰਦੇ ਡਾਕਟਰ ਕੋਲ। ਹੁਣ ਜਿਹੜੀ ਜ਼ਿਆਦਾਤਰ ਪਾਣੀ ਲੀਕ ਹੋਣ ਦੀ ਗੱਲ ਹੈ, ਉਹਦਾ ਮੇਨ ਕਾਰਨ ਜ਼ਿਆਦਾਤਰ ਸਰੀਰਕ ਹੋਣ ਦੇ ਨਾਲ ਨਾਲ ਮਾਨਸਿਕ ਹੈ। ਜੈਨੀਟਲ ਔਰਗਨਸ ਨੇ ਉਹਨਾਂ ਦੇ ਜਿਹੜੀ ਗਤੀਵਿਧੀ ਆ ਉਹ ਜਾਂ ਤਾਂ ਬਹੁਤ ਧੀਮੀ ਹੋ ਜਾਂਦੀ ਹੈ ਜਾਂ ਫਿਰ ਬਹੁਤ ਜ਼ਿਆਦਾ ਫਾਸਟ ਹੋਣ ਲੱਗ ਜਾਂਦੀ ਹੈ। ਜਾਂ ਨਤੀਜਾ ਕੀ ਨਿਕਲਦਾ, ਜਾਂ ਤਾਂ ਫਿਰ ਬੰਦੇ ਦੀ ਇੰਦਰੀ ਜਿਹੜੀ ਹੈਗੀ ਉਹ ਸੁੰਗਣੀ ਸ਼ੁਰੂ ਹੋ ਜਾਂਦੀ ਹੈ, ਕਮਜ਼ੋਰ ਹੋ ਜਾਂਦੀ ਹੈ, ਜਿਹਨੂੰ ਆਪਾਂ ਪੰਜਾਬੀ 'ਚ ਨਮਰਦ ਕਹਿ ਦਿੰਦੇ ਹਾਂ, ਇਸ ਤਰ੍ਹਾਂ ਦੀ ਸਥਿਤੀ ਹੋ ਜਾਂਦੀ ਹੈ। ਜਾਂ ਫਿਰ ਬਹੁਤ ਜ਼ਿਆਦਾ ਉਤੇਜਨਾ ਜਿਹੜੀ ਹੈਗੀ ਹੈ ਵੱਧ ਜਾਂਦੀ ਹੈ, ਵਾਰ ਵਾਰ ਮਤਲਬ ਜਿਹੜੀ ਹੈਗੀ ਹੈ ਉਹ ਥਾਣ ਆਉਂਦਾ, ਕਿਤੇ ਆ ਗਿਆ ਕਿਤੇ ਨਹੀਂ ਆਇਆ, ਕਿਤੇ ਘੱਟ ਆਇਆ, ਕਿਤੇ ਮਤਲਬ ਥੋੜ੍ਹੀ ਜਿਹੀ ਗੱਲ ਚੱਲੀ ਉਹਦੇ ਨਾਲ ਗਿੱਲਾਪਣ ਜਿਹੜਾ ਹੈ। ਬਹੁਤ ਦਵਾਈਆਂ ਲੈ ਕੇ ਅੱਕ ਥੱਕ ਚੁੱਕੇ ਨੇ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮਤਲਬ ਇਸ ਬਿਮਾਰੀ ਤੋਂ ਨਿਕਲਣ ਦਾ ਜਿਹੜਾ ਹੈ ਤਰੀਕਾ ਮੈਂ ਇਸ ਵੀਡੀਓ ਦੇ ਵਿੱਚ ਦੱਸਣ ਲੱਗਿਆ, ਜਿਹੜਾ ਕਿ ਤੁਸੀਂ ਆਪਣੇ ਆਪ 'ਤੇ ਅਜਮਾ ਕੇ ਆਪਣੇ ਆਪ 'ਤੇ ਇਹ ਗੱਲਾਂ ਜਿਹੜੀਆਂ ਲਾਗੂ ਕਰਕੇ ਜਿਹੜੀਆਂ ਮੈਂ ਤੁਹਾਨੂੰ ਦੱਸਣ ਲੱਗਿਆ, ਕਾਫੀ ਹੱਦ ਤੱਕ ਤੁਸੀਂ ਇਸ ਬਿਮਾਰੀ ਤੋਂ ਸੌਖੇ ਹੋ ਸਕਦੇ ਹੋ। ਮਾਨਸਿਕ ਤੌਰ 'ਤੇ ਮਨੋਬਲ ਗਿਰ ਜਾਣਾ ਹੀ ਇਨਸਾਨ ਨੂੰ ਇਸ ਬਿਮਾਰੀ ਨੂੰ ਵਧਾਵਾ ਦਿੰਦਾ। ਇਹ ਸੈਕਸੁਅਲ ਵਿਸ਼ੇ ਨੂੰ ਲੈ ਕਰਕੇ ਹਰ ਵਕਤ ਮਤਲਬ ਇਸੇ ਵਿਸ਼ੇ 'ਚ ਸੋਚੀ ਜਾਣਾ, ਇਸੇ 'ਚ ਧਿਆਨ ਦੇਈ ਜਾਣਾ, ਉਹਦੇ ਨਾਲ ਕੀ ਹੁੰਦਾ ਜਿਹੜਾ ਪਨਾਈਲ ਐਕਟੀਵੇਸ਼ਨ ਕੇਂਦਰ ਆ ਉਹ ਹਮੇਸ਼ਾ ਹੀ ਐਕਟੀਵੇਟ ਰਹਿਣ ਲੱਗ ਜਾਂਦਾ, ਅਤੇ ਉਹਦੇ ਨਾਲ ਕੀ ਹੁੰਦਾ ਜਿਹੜੀ ਜੈਨੀਟਲ ਔਰਗਨ ਦੀ ਕਿਰਿਆ, ਗੁਪਤ ਅੰਗ ਨੇ ਜਿਹੜੇ ਉਹ ਅੰਦਰੋਂ ਅੰਦਰੀ ਕਿਰਿਆ ਕਰਦੇ ਰਹਿੰਦੇ ਆ, ਕਿਤੇ ਉਹ ਸਕਿਰਿਆ ਹੋ ਜਾਂਦੇ ਆ, ਕਿਤੇ ਉਹ ਕਿਰਿਆ ਦੇ ਵਿੱਚ ਆ ਜਾਂਦੇ ਆ। ਜਿੱਥੇ ਤੁਸੀਂ ਮਨ ਨੂੰ ਲਾ ਲਓਗੇ, ਕਿਉਂਕਿ ਜਿਹੜਾ ਬਿਮਾਰ ਬੰਦਾ ਨਾ ਉਹਦਾ ਧਿਆਨ ਹੀ ਹਮੇਸ਼ਾ ਇੱਥੇ ਰਹਿੰਦਾ। ਤੁਹਾਨੂੰ ਪ੍ਰੋਬਲਮ ਆ, ਤੁਹਾਡੇ ਅੰਗ ਦੇ ਵਿੱਚ ਕੋਈ ਕਮਜ਼ੋਰੀ ਆ, ਤੁਹਾਡੇ ਨਸਾਂ ਦੇ ਵਿੱਚ ਕਮਜ਼ੋਰੀ ਆ, ਉਹਨੂੰ ਠੀਕ ਕਰਨ ਲਈ ਦਵਾਈਆਂ ਬਣੀਆਂ ਨੇ। ਦਵਾਈਆਂ ਤੁਹਾਨੂੰ ਮਤਲਬ ਮੈਂ ਦੱਸਾਂਗਾ ਇਸ ਵੀਡੀਓ ਦੇ ਵਿੱਚ, ਤੁਸੀਂ ਧਿਆਨ ਦੇ ਨਾਲ ਦੇਖ ਲੈਣੀਆਂ। ਤੁਸੀਂ ਇਹ ਦਵਾਈਆਂ ਜਿਹੜੀਆਂ ਹੈਗੀਆਂ ਕੈਮਿਸਟ ਤੋਂ ਵੀ ਲੈ ਸਕਦੇ ਹੋ, ਸਾਡੇ ਤੋਂ ਵੀ ਮੰਗਵਾ ਸਕਦੇ ਹੋ ਇਹਨੂੰ ਠੀਕ ਕਰਨ ਦੇ ਲਈ, ਕਿਉਂਕਿ ਇਸ ਸਥਿਤੀ ਨੂੰ ਠੀਕ ਕਰਨ ਦੇ ਲਈ ਜੇ ਤੁਸੀਂ ਇਕੱਲੀਆਂ ਦਵਾਈਆਂ 'ਤੇ ਨਿਰਭਰ ਰਹਿ ਕੇ ਤੁਸੀਂ ਆਪਣੇ ਆਪ ਨੂੰ ਨਾ ਬਦਲਿਆ ਤਾਂ ਤੁਸੀਂ ਮੇਰੇ ਖਿਆਲ ਦੇ ਵਿੱਚ ਨਹੀਂ ਠੀਕ ਹੋ ਪਾਓਗੇ ਸਹੀ ਢੰਗ ਦੇ ਨਾਲ, ਕਿਉਂਕਿ ਬਿਮਾਰੀ ਤੁਹਾਡੇ ਖੁਦ ਦੇ ਸੁਚੇਤ ਹੋਣ ਦੇ ਨਾਲ ਜਲਦੀ ਠੀਕ ਹੋਣੀ ਹੁੰਦੀ ਹੈ। ਇਸ ਮਸਾਲਾ ਤਲੀ ਚੀਜ਼, ਹਲਵਾਈ ਹੱਥ ਬਣੀ ਚੀਜ਼, ਕੱਚਾ ਪਿਆਜ਼, ਲਸਣ, ਟਮਾਟਰ, ਤਿੱਖੀ ਮਿਰਚ ਖਾਣੀ ਬੰਦ ਕਰ ਦਿਉ। ਦੂਸਰਾ ਜਿਹੜਾ ਹੈਗਾ, ਤੁਸੀਂ ਸਵੇਰ ਦੀ ਸੈਰ ਸ਼ੁਰੂ ਕਰ ਦਿਉ। ਸਵੇਰ ਦੀ ਸੈਰ, ਤਾਜ਼ੀ ਹਵਾ ਮਤਲਬ ਫੱਕਣੀ ਸ਼ੁਰੂ ਕਰ ਦਿਉ ਦੋਸਤਾਂ ਮਿੱਤਰਾਂ ਦੇ ਵਿੱਚ, ਉਹਨਾਂ ਦੇ ਵਿੱਚ ਬੈਠੋ ਜਿਹੜੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਮਿਲਾਉਂਦੇ ਨੇ। ਕਈ ਵਾਰ ਆਪਾਂ ਕੀ ਹੁੰਦਾ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿੰਦੇ ਹਾਂ, ਦੋਸਤ ਦੇ ਨਾਲ ਸ਼ੇਅਰ ਕਰਨੀ ਮਾੜੀ ਗੱਲ ਨਹੀਂ, ਪਰ ਦੋਸਤ ਕਈ ਵਾਰੀ ਇਸ ਚੀਜ਼ ਦਾ ਮਜ਼ਾਕ ਉਡਾਉਣ ਲੱਗ ਜਾਂਦਾ। ਖਿਆਲ ਰੱਖਣਾ ਜ਼ਰੂਰੀ ਹੈ, ਇੱਕ ਤਾਂ ਫਾਲਤੂ ਦਾ ਇਸ ਵਿਸ਼ੇ ਵੱਲ ਸੋਚਣਾ ਬੰਦ ਕਰ ਦਿਉ, ਫਾਲਤੂ ਦਾ ਮੋਬਾਈਲ ਇਸ ਵਿਸ਼ੇ 'ਚ ਦੇਖਣਾ ਬੰਦ ਕਰ ਦਿਉ, ਕਿਸੇ ਕਿਸਮ ਦੀ ਕੋਈ ਪੋਰਨ ਸਾਈਟਸ ਨਹੀਂ ਦੇਖਣੀ, ਕਿਸੇ ਕਿਸਮ ਦਾ ਤੁਸੀਂ ਫੇਸਬੁੱਕ 'ਤੇ ਮਤਲਬ ਫਾਲਤੂ ਦੀ ਕੋਈ ਵੀਡੀਓ ਵੀ ਇਸ ਤਰ੍ਹਾਂ ਦੀ ਅਰਧਨਗਨ ਅਵਸਥਾ ਦੇ ਵਿੱਚ ਕੋਈ ਲੜਕੀ ਗਾਉਂਦੀ ਹੈ, ਕੋਈ ਮਤਲਬ ਨਾਚ ਦਿਖਾਉਂਦੀ ਹੈ ਜਾਂ ਕੁਛ ਹੋਰ ਕਰਦੀ ਹੈ, ਐਕਟੀਵਿਟੀਜ਼ ਆਪਣੀਆਂ ਕੁਛ ਨਾ ਕੁਛ ਆਪਾਂ ਨੂੰ ਦੇਖਣ 'ਚ ਮਿਲਦੀਆਂ, ਜਾਂ ਆਪਾਂ ਨੂੰ ਵੈਸੇ ਹੀ ਵਟਸਐਪ 'ਤੇ ਮਤਲਬ ਕੁਛ ਨਾ ਕੁਛ ਲਿੰਕ ਇਸ ਤਰ੍ਹਾਂ ਦੇ ਮਿਲ ਜਾਂਦੇ ਆ, ਇਹ ਜਿਹੜੀਆਂ ਸਾਰੀਆਂ ਇਹਨਾਂ ਚੀਜ਼ਾਂ ਨੂੰ ਮਤਲਬ ਤੁਸੀਂ ਇਸਤੇਮਾਲ ਕਰਨਾ ਬੰਦ ਕਰੋ। ਸਿੰਪਲ ਫੋਨ ਲੈ ਕਰਕੇ ਜੇ ਤੁਸੀਂ ਆਪਣੀ ਸਾਦੀ ਜ਼ਿੰਦਗੀ ਜਿਉਂਦੇ ਹੋ ਮਹੀਨੇ ਵਾਸਤੇ, ਵਿਦ ਇਨ 1 ਮੰਥ ਤੁਸੀਂ ਖੁਦ ਫੀਲ ਕਰੋਗੇ ਪੁਰਾਣੇ ਤੋਂ ਪੁਰਾਣਾ ਰੋਗੀ ਵੀ, ਜਿਹੜਾ ਮਤਲਬ ਜਿਹਦਾ ਪੈਸੇ ਹੀ ਨਿਕਲੀ ਜਾ ਰਿਹਾ ਸੀ ਮਨ, ਉਹ ਵੀ ਠੀਕ ਹੋਣਾ ਸ਼ੁਰੂ ਹੋ ਜਾਂਦਾ। ਮਤਲਬ ਬੰਦੇ ਦਾ ਮਨ ਹੀ ਨਹੀਂ ਕਿਸੇ ਪਾਸੇ ਲੱਗ ਪਾਉਂਦਾ, ਹੌਸਲਾ ਹੀ ਨਹੀਂ ਆਉਂਦਾ ਕਿਸੇ ਪਾਸਿਓਂ, ਇਸ ਤਰ੍ਹਾਂ ਦਾ ਦਿਮਾਗ ਹੋ ਜਾਂਦਾ। ਕਈਆਂ ਦੇ ਕੀ ਹੁੰਦਾ, ਰੋਟੀ ਪਾਣੀ ਖਾਧੀ ਉਹ ਸਹੀ ਢੰਗ ਨਾਲ ਡਾਈਜੈਸਟ ਨਹੀਂ ਹੋਈ, ਪਰ ਆਪਾਂ ਨੂੰ ਬਣਿਆ ਰਿਹਾ, ਪੇਟ ਸਹੀ ਨਹੀਂ ਹੈ ਅਤੇ ਪੇਟ ਦੇ ਵਿੱਚ ਊਰਜਾ ਹੀ ਹੈ ਨਹੀਂ ਸਹੀ ਢੰਗ ਦੇ ਨਾਲ ਭੋਜਨ ਪਾਣੀ ਨੂੰ ਭਸਮ ਕਰਨ ਦੀ, ਅਤੇ ਭੋਜਨ ਦੇ ਵਿੱਚ ਜਿਹੜਾ ਤਾਕਤ ਆ ਉਹ ਸਾਡੇ ਸਰੀਰ ਨੂੰ ਕਿੱਥੋਂ ਮਿਲੂਗੀ। ਕਈ ਬੰਦਿਆਂ ਦੇ ਵਿੱਚ ਤਾਂ ਮਤਲਬ ਇੰਨੀ ਜ਼ਿਆਦਾ ਮੰਦੀ ਹਾਲਤ ਹੋ ਜਾਂਦੀ ਹੈ ਵੀ ਪਾਣੀ ਦੀ ਤਰ੍ਹਾਂ ਮਤਲਬ ਸੀਮਨ ਜਿਹੜਾ ਲੀਕ ਹੋ ਜਾਂਦਾ, ਉਹ ਲੀਕ ਹੋਣ ਦੇ ਨਾਲ ਫਿਰ ਡਾਊਨ ਹੁੰਦੇ ਜਾਂਦੇ ਆ, ਦਿਨੋਂ ਦਿਨੋਂ ਸਰੀਰ ਘਟੀ ਜਾਂਦਾ, ਖਿਝ ਆਉਂਦੀ ਰਹਿੰਦੀ ਆ, ਗੁੱਸਾ ਆਉਂਦਾ, ਇੱਕ ਦੋ ਵਾਰੀ ਨਾਕਾਮਯਾਬ ਹੋ ਗਏ ਮਤਲਬ ਕਿ ਮਤਲਬ ਉੱਠਣ ਦੀ ਤਾਕਤ ਨਹੀਂ ਰਹਿੰਦੀ, ਕਿਉਂ ਮਤਲਬ ਮਨ ਡਰ ਜਾਂਦਾ ਵੀ ਮੇਰੇ ਕੋਲੋਂ ਤਾਂ ਹੁਣ ਇਹ ਕੰਮ ਹੋ ਨਹੀਂ ਪਾਉਣਾ, ਡਾਇਰੈਕਸ਼ਨ ਉਹਨੂੰ ਹਟ ਜਾਂਦੀ ਹੈ, ਮਤਲਬ ਇਹਨੂੰ ਤਣਾਓ ਕਹਿੰਦੇ ਆ ਪੰਜਾਬੀ ਦੇ ਵਿੱਚ। ਇੰਦਰੀ ਦੇ ਵਿੱਚ ਤਣਾਓ ਨਾ ਹੋਣ ਦਾ ਕਾਰਨ ਕਾਫੀ ਹੱਦ ਤੱਕ ਜਿਹੜਾ ਹੈਗਾ ਸੀਮਨ ਜਦੋਂ ਮਤਲਬ ਡਿਵੈਲਪ ਨਹੀਂ ਹੋ ਪਾਉਂਦਾ, ਜਾਂ ਮਨ ਦਾ ਡਰ ਜਿਹੜਾ ਹੈਗਾ ਉਹ ਬਹੁਤ ਵੱਡੀ ਮਤਲਬ ਇਸ ਚੀਜ਼ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਪਿਆ। ਇਲਾਜ ਕੀ ਆ, ਦੇਖਿਆ ਜਾਏ ਤਾਂ ਆਹ ਗੋਲੀ ਆ, ਅਸੀਂ ਮਤਲਬ ਬਹੁਤ ਵਧੀਆ ਰਿਜ਼ਲਟ ਅਸੀਂ ਇਸ ਗੋਲੀ ਦਾ ਲੈ ਰਹੇ ਹਾਂ, ਬਹੁਤ ਹੀ ਵਧੀਆ ਢੰਗ ਦੇ ਨਾਲ ਇਹ ਮਤਲਬ ਫੁੱਲ ਫਾਰਮੂਲੇਸ਼ਨ ਦੇ ਨਾਲ ਰੈਡੀ ਤਿਆਰ ਮਤਲਬ ਤਿਆਰ ਕੀਤੀ ਗਈ ਹੈ, ਕਿਉਂਕਿ
ਫੁੱਲ ਫਾਰਮੂਲੇਸ਼ਨ ਤਾਂ ਕਹਿ ਰਹੇ ਹਾਂ ਵੀ ਬਹੁਤੇ ਫਾਰਮਾਸਿਊਟੀਕਲ ਕੀ ਕਰਦੇ ਆ ਭਾਵਨਾ ਨਹੀਂ ਦੇ ਪਾਉਂਦੇ ਪੂਰੀ ਮਾਤਰਾ 'ਚ। ਇਹਨੂੰ ਭਾਵਨਾ ਜਿੰਨੀ ਦੱਸੀ ਆ ਉਹਨੇ ਪੂਰੀ ਫੁੱਲ ਭਾਵਨਾ ਦਿੱਤੀ ਗਈ ਆ, ਸ਼ੁੱਧ ਚੀਜ਼ਾਂ ਦੇ ਵਿੱਚ ਪਾਈਆਂ ਗਈਆਂ ਨੇ ਅਤੇ ਜਿਹਦਾ ਰਿਜ਼ਲਟ ਅਸੀਂ ਦੇਖ ਰਹੇ ਹਾਂ ਗੋਲੀ ਦਾ ਬਹੁਤ ਹੀ ਰਿਸਪੋਂਸੀਬਲ ਸਾਨੂੰ ਰਿਜ਼ਲਟ ਮਿਲ ਰਿਹਾ ਇਸ ਗੋਲੀ ਦਾ। ਦੇਖਿਆ ਜਿਹਨਾਂ ਦੇ ਪਾਸਲ ਬਹੁਤ ਜ਼ਿਆਦਾ ਵਧੇ ਹੋਏ ਸੀ, ਜਿਹਨਾਂ ਦੇ ਸੀਮਨ ਦੇ ਵਿੱਚ ਵੀ ਪਾਸਲ ਵਧੇ ਹੋਏ ਸੀ, ਜਾਂ ਜਿਹਨਾਂ ਦੇ ਬਰਨਿੰਗ ਬਹੁਤ ਜ਼ਿਆਦਾ ਹੁੰਦੀ ਸੀ, ਜਾਂ ਜਿਹੜੇ ਬੰਦੇ ਮਤਲਬ ਬਾਥਰੂਮ ਬਾਰ ਬਾਰ ਜਾਂਦੇ ਸੀ, ਜਾਂ ਜਿਹਨਾਂ ਦੇ ਮਤਲਬ ਯੂਰਨ ਆਉਟਪੁੱਟ ਤੋਂ ਬਾਅਦ ਜਲਣ ਹੁੰਦੀ ਰਹਿੰਦੀ ਸੀ, ਜਾਂ ਜਿਹਨਾਂ ਦੇ ਐਂਟਰਕੋਰਸ ਕਰਨ ਤੋਂ ਬਾਅਦ ਵਿੱਚ ਜਲਣ ਹੁੰਦੀ ਰਹਿੰਦੀ ਸੀ, ਉਹ ਮਤਲਬ ਇਸ ਮੈਡੀਸਨ ਨੇ ਠੀਕ ਕਰਤੇ। ਜਿਹੜਿਆਂ ਦੇ ਲੀਕ ਹੁੰਦੇ ਰਹਿੰਦੇ ਸੀ ਮਤਲਬ ਉਹ ਪੇਸ਼ੈਂਟ ਠੀਕ ਹੋ ਗਏ ਵਾਹਿਗੁਰੂ ਦੀ ਕਿਰਪਾ ਨਾਲ, ਜਿਹਨਾਂ ਨੇ ਗੌਰ ਨਾਲ ਵਰਤੀ, ਖਾਣ ਪੀਣ ਦਾ ਪਰਹੇਜ਼ ਰੱਖ ਕੇ ਢੰਗ ਦੇ ਨਾਲ ਯੂਜ਼ ਕੀਤਾ, ਉਹਨੂੰ ਰਿਜ਼ਲਟ ਡੈਫੀਨੇਟਲੀ ਇਸ ਦਵਾਈ ਦੇ ਨਾਲ ਮਿਲਿਆ। ਅਤੇ ਇਸ ਤੋਂ ਬਾਅਦ ਮਤਲਬ ਮੈਂ ਤੁਹਾਨੂੰ ਦਿਖਾਵਾਂ ਇਹ ਪਾਵਰਐਕਸ ਡੀਐਕਸ ਮਤਲਬ ਜੋ ਕੈਪਸੂਲ ਹੈ, ਇਸਦਾ ਰਿਜ਼ਲਟ ਅਸੀਂ ਬਹੁਤ ਬੈਟਰ ਮਤਲਬ ਲੈ ਰਹੇ ਹਾਂ ਕਿ ਜਿਹੜਾ ਮਤਲਬ ਨਮਰਦੀ ਸੀਗਰ ਪਤਨ ਅਤੇ ਜਿਹਨਾਂ ਦੀ ਲੀਕੇਜ ਹੁੰਦੀ ਸੀ ਅੰਦਰੋਂ ਉਤਸਾਹ ਨਹੀਂ ਸੀ, ਉਹਨਾਂ ਦੇ ਉਤਸਾਹ ਬਹੁਤ ਵਧੀਆ ਇਹਦੇ ਨਾਲ ਬਣਿਆ। ਤਕਰੀਬਨ ਇਹ ਮੈਡੀਸਨਾਂ ਨੂੰ ਤੁਹਾਨੂੰ ਮੈਂ ਤਾਂ ਦਿਖਾ ਰਿਹਾ ਵੀ ਤੁਸੀਂ ਇਹਨੂੰ ਕਿਤੋਂ ਵੀ ਪਰਚੇਜ਼ ਕਰ ਸਕਦੇ ਹੋ, ਜੇ ਤੁਹਾਨੂੰ ਕਿਤੋਂ ਨਹੀਂ ਮਿਲ ਰਹੀ ਤਾਂ ਸਾਡੇ ਕੋਲੋਂ, ਕਿਉਂਕਿ ਮੈਂ ਮੈਡੀਸਨਾਂ ਉਹੀ ਦਿਖਾ ਰਿਹਾ ਜਿਹੜੀਆਂ ਦਾ ਮੈਂ ਰਿਜ਼ਲਟ ਲੈ ਰਿਹਾ। ਕਲੀਨਿਕ ਦੇ ਵਿੱਚ ਅਸੀਂ ਰਿਜ਼ਲਟ ਲੈਂਦੇ ਹਾਂ, ਅਸੀਂ ਉਹੀ ਮੈਡੀਸਨਾਂ ਪ੍ਰੋਵਾਈਡ ਕਰਦੇ ਹਾਂ, ਉਹੀ ਤੁਹਾਨੂੰ ਦੱਸਦੇ ਹਾਂ। ਫਾਲਤੂ ਮੈਡੀਸਨਾਂ ਅਸੀਂ ਮਤਲਬ ਦੱਸਣ ਦੇ ਚੱਕਰ 'ਚ ਨਹੀਂ ਪਾਉਂਦੇ ਵੀ ਹਾਂ ਲੈ ਲਓ ਜੀ ਉਹ ਲੈ ਲਓ, ਉਹਦਾ ਕੋਈ ਫਾਇਦਾ ਨਹੀਂ, ਕਿਉਂਕਿ ਜੋ ਚੀਜ਼ ਦਾ ਰਿਜ਼ਲਟ ਹੀ ਨਹੀਂ ਲਿਆ ਆਪਾਂ ਉਹ ਕਿਵੇਂ ਦੱਸ ਸਕਦੇ ਹਾਂ। ਇਹ ਚੀਜ਼ਾਂ ਦਾ ਰਿਜ਼ਲਟ ਲੈ ਰਹੇ ਹਾਂ ਤਾਂ ਇੱਕ ਵਨ ਰਿਜ਼ਲਟ ਮਿਲ ਰਿਹਾ, ਇਹ ਕਲਾਸ ਰਿਜ਼ਲਟ ਮਿਲ ਰਿਹਾ ਤੁਹਾਡੇ ਤੋਂ, ਤੁਸੀਂ ਮੰਗਵਾਉਣੇ ਚਾਹੁੰਦੇ ਹੋ, ਤੁਹਾਨੂੰ 5 ਤੋਂ ਲੈ ਕੇ 15% ਦੇ ਡਿਸਕਾਊਂਟ ਤੱਕ ਮਤਲਬ ਮੈਡੀਸਨ ਪ੍ਰੋਵਾਈਡ ਕਰਾਂਗੇ। ਜਿਹੜੀ ਮੈਡੀਸਨ ਅਸੀਂ ਰੈਡੀ ਕਰਦੇ ਹਾਂ ਸਾਨੂੰ ਜਿਸ ਕੀਮਤ ਦੇ ਵਿੱਚ ਪੈਂਦੀ ਹੈ ਉਸ ਤੋਂ ਕੁਛ ਮਾਰਜਨ ਰੱਖ ਕੇ ਅਸੀਂ ਮਤਲਬ ਉਹ ਟੈਬਲੇਟ ਦਾ ਇੱਕ ਮੁੱਲ ਨਿਰਧਾਰਤ ਕੀਤਾ ਜਾਂਦਾ ਅਤੇ ਅਸੀਂ ਉਸ ਹਿਸਾਬ ਦੇ ਨਾਲ ਉਹ ਮੈਡੀਸਨ ਦਿੰਦੇ ਹਾਂ, ਠੀਕ ਹੈ। ਇਸ ਤੋਂ ਬਾਅਦ ਵਿੱਚ ਇਹ ਹੈ ਅਸ਼ਵਗੰਧਾ ਰਿਸਟ। ਅਸ਼ਵਗੰਧਾ ਰਿਸਟ ਮਤਲਬ ਬਹੁਤ ਕੰਪਨੀਆਂ ਦਾ ਮਿਲ ਜਾਂਦਾ, ਪਰ ਅਸੀਂ 2 ਕੰਪਨੀਆਂ ਕ੍ਰਿਸ਼ਨ ਪਾਲ ਗਲੇੜਾ ਅਤੇ ਮੂਹਤਾ ਜੋ ਕੰਪਨੀ ਹੈ ਇਹਦਾ ਰਿਜ਼ਲਟ ਦੇਖਿਆ ਬਹੁਤ ਹੀ ਵਧੀਆ ਮਿਲ ਰਿਹਾ। ਕੇਰਲਾ ਆਯੁਰਵੇਦਾ ਦੀ ਵੀ ਅਸੀਂ ਯੂਜ਼ ਕਰਦੇ ਹਾਂ, ਉਹਦਾ ਵੀ ਰਿਜ਼ਲਟ ਬਹੁਤ ਵਧੀਆ ਮਿਲ ਰਿਹਾ। ਜਿਹੜੀਆਂ ਕੰਪਨੀਜ਼ ਬਹੁਤ ਨੇ ਮੈਡੀਸਨ ਤਿਆਰ ਕਰਨ ਵਾਲੀਆਂ, ਪਰ ਰਿਜ਼ਲਟ ਕਿਸੇ ਕਿਸੇ ਦਾ ਮਿਲ ਪਾਉਂਦਾ, ਜੋ ਅਸੀਂ ਐਕਚੁਅਲ ਰਿਜ਼ਲਟ ਲੈ ਰਹੇ ਹਾਂ ਬਹੁਤ ਵਧੀਆ ਬੈਟਰ ਰਿਜ਼ਲਟ ਮਿਲ ਰਿਹਾ। ਸੁਗੰਧਾ ਰਿਸ ਦੇ ਨਾਲ ਮਨ ਦੇ ਵਿੱਚ ਜੋ ਡਰ ਨਹੀਂ ਬਣਿਆ ਹੁੰਦਾ, ਜਾਂ ਇੰਟਰਨਲ ਤੌਰ 'ਤੇ ਸਟੈਮਿਨਾ ਨਹੀਂ ਬਣ ਪਾਉਂਦੀ, ਜਾਂ ਸੀਮਨ ਪ੍ਰੋਡਕਸ਼ਨ ਨਹੀਂ ਹੋ ਪਾਉਂਦਾ, ਜਾਂ ਜਿਹੜਾ ਮਾਨਸਿਕ ਬਲ ਡਾਊਨ ਪਿਆ ਹੁੰਦਾ, ਜਾਂ ਸਰੀਰਕ ਬਲ ਡਾਊਨ ਪਿਆ ਹੁੰਦਾ, ਜਿਹੜੀਆਂ ਅੰਦਰਲੀਆਂ ਰਸ ਰਕਤ ਧਾਤੂ ਮਤਲਬ ਜਿਹੜੀਆਂ ਕਿਰਿਆਵਾਂ ਨੇ ਬੋਡੀ ਦੀਆਂ ਜੋ ਮਤਲਬ ਮੰਦ ਪਈਆਂ ਹੁੰਦੀਆਂ, ਉਹ ਇਹਦੇ ਨਾਲ ਜਾਗਰਤ ਹੋਣੀਆਂ ਸ਼ੁਰੂ ਹੋ ਜਾਂਦੀਆਂ, ਬਹੁਤ ਹੀ ਬੈਟਰ ਰਿਜ਼ਲਟ ਲੈ ਰਹੇ ਹਾਂ। ਇਹ ਹੈ ਜੀ ਮੂਸਲੀ ਪਾਕ। ਮੂਸਲੀ ਪਾਕ ਆਮ ਕੰਪਨੀਆਂ ਦਾ ਵੀ ਮਿਲ ਜੂਗਾ ਤੁਹਾਨੂੰ, ਪਰ ਇਹਦਾ ਜੋ ਰਿਜ਼ਲਟ ਸਸਰ ਜੋਗਿਆ ਹੁੰਦਾ ਸਾਨੂੰ ਮਿਲ ਰਿਹਾ, ਵਾਹ ਕਮਾਲ ਸਾਨੂੰ ਰਿਜ਼ਲਟ ਮਿਲ ਰਿਹਾ। ਤੁਹਾਨੂੰ ਦੱਸ ਨਹੀਂ ਸਕਦਾ ਵੀ ਇਸ ਮੈਡੀਸਨ ਦੇ ਨਾਲ ਅਸੀਂ ਅਨੇਕਾਂ ਹੀ ਪੇਸ਼ੈਂਟ ਜਿਨ੍ਹਾਂ ਦੇ ਸੀਮਨ ਬਿਲਕੁਲ ਪਤਲਾ ਹੋ ਚੁੱਕਿਆ ਸੀ, ਜਿਨ੍ਹਾਂ ਦੇ ਸਪਰਮ ਕਾਊਂਟ ਬਿਲਕੁਲ ਡਾਊਨ ਹੋ ਚੁੱਕੀ ਸੀ, ਬੈਟਰ ਰਿਜ਼ਲਟ ਸਾਨੂੰ ਇਸ ਮੂਸਲੀ ਪਾਕ ਦੇ ਨਾਲ ਮਿਲਿਆ। ਮੂਸਲੀ ਪਾਕ ਤੁਸੀਂ ਕਿਤੋਂ ਵੀ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ, ਪਰ ਜਿਹੜਾ ਰਿਜ਼ਲਟ ਅਸੀਂ ਲੈ ਰਹੇ ਹਾਂ ਅਸੀਂ ਤੁਹਾਨੂੰ ਉਸ ਨੂੰ ਹੀ ਉਸ ਬਾਰੇ ਹੀ ਦੱਸ ਸਕਦੇ ਹਾਂ, ਠੀਕ ਹੈ ਜੀ। ਅਤੇ ਇਹ ਤੁਹਾਨੂੰ ਇੱਕ ਇਲਾਜ, ਉਹ ਇਲਾਜ ਜਿਹੜਾ ਕਿ ਸਸਤਾ ਇਲਾਜ ਹਰੇਕ ਬੰਦੇ ਦੇ ਵੱਸ ਦੇ ਵਿੱਚ ਆ, ਹਰੇਕ ਬੰਦਾ ਇਹਨੂੰ ਕਰਵਾ ਸਕਦਾ। ਜੇ ਤੁਹਾਨੂੰ ਇਹ ਪ੍ਰੋਬਲਮ ਹੈ, ਜਿਹੜੀਆਂ ਪ੍ਰੋਬਲਮਾਂ ਮੈਂ ਤੁਹਾਨੂੰ ਦੱਸੀਆਂ ਨੇ, ਨਮਰਦੀ, ਤਾਂਤ, ਸੁਪਨਦੋਸ਼, ਸੀਗਰ ਪਤਨ, ਲੀਕ ਹੋਣਾ, ਨਿੱਕੀ ਥੋੜ੍ਹੀ ਮੋਟੀ ਗੱਲ ਕੀਤੀ ਪਾਣੀ ਜਾਂ ਮਤਲਬ ਛੱਡ ਜਾਣਾ, ਅਤੇ ਜਾਂ ਮੰਨ ਲਓ ਤੁਹਾਡਾ ਤਕਰੀਬਨ ਜਿਹੜਾ ਹੈਗਾ ਨਾਈਟ ਫਾਲ ਹੁੰਦਾ, ਇਹ ਮੈਡੀਸਨਾਂ ਕਾਫੀ ਵਧੀਆ ਕੰਮ ਕਰਦੀਆਂ। ਹੁਣ ਕਈਆਂ ਦੀ ਪ੍ਰੋਬਲਮ ਵਧੀ ਘੱਟੀ ਹੁੰਦੀ ਹੈ, ਕਿਸੇ ਦੀ ਪ੍ਰੋਬਲਮ ਕਿਸ ਤਰ੍ਹਾਂ ਦੀ, ਕਿਸੇ ਦੀ ਕਿਸ ਤਰ੍ਹਾਂ ਦੀ, ਅਲੱਗ ਅਲੱਗ ਕੰਡੀਸ਼ਨ ਹੁੰਦੀ ਆ, ਉਹ ਕੰਡੀਸ਼ਨ ਦੇਖ ਕੇ ਸਾਨੂੰ ਮੈਡੀਸਨ ਕੁਛ ਹੋਰ ਵੀ ਐਕਸਟਰਾ ਐਡ ਕਰਨੀਆਂ ਪੈ ਜਾਂਦੀਆਂ। ਇਹ ਤੁਹਾਨੂੰ ਇੱਕ ਜਨਰਲ ਜਿਹੀਆਂ ਮੈਡੀਸਨਾਂ ਜਿਹੜੀਆਂ ਕਿ ਆਮ ਹਰੇਕ ਬੰਦੇ ਦੇ ਵਾਸਤੇ ਵਿੱਚ ਆ, ਪਰਚੇਜ਼ ਕਰ ਸਕਦਾ, ਸਸਤਾ ਟ੍ਰੀਟਮੈਂਟ ਹੁੰਦਾ ਇਸ ਚੀਜ਼ ਦਾ, ਮਤਲਬ ਹਰ ਕੋਈ ਲਾਹਾ ਲੈ ਸਕਦਾ, ਉਹ ਤੁਹਾਨੂੰ ਦੱਸਿਆ। ਬਾਕੀ ਜਿਹੜੀਆਂ ਗੱਲਾਂ ਤੁਹਾਨੂੰ ਮੈਂ ਦੱਸੀਆਂ ਨੇ ਉਹਨਾਂ ਦਾ ਖਿਆਲ ਤੁਸੀਂ ਜ਼ਰੂਰ ਰੱਖੋ, ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਗੱਲਾਂ ਦੱਸੀਆਂ ਨੇ ਉਹਨਾਂ ਨੂੰ ਜੇ ਤੁਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰ ਲਓਗੇ, ਮੇਰੇ ਖਿਆਲ ਦੇ ਵਿੱਚ ਕਾਫੀ ਹੱਦ ਤੱਕ ਤੁਸੀਂ ਘਰ ਬੈਠੇ ਬਿਨਾਂ ਦਵਾਈਆਂ ਤੋਂ ਹੀ ਕਾਫੀ ਕੰਟਰੋਲ ਇਸ ਚੀਜ਼ ਤੋਂ ਕਰ ਸਕਦੇ ਹੋ। ਖਾਣ ਪਾਣ ਦੇ ਵਿੱਚ ਪਾਣੀ ਥੋੜ੍ਹੀ ਮਾਤਰਾ 'ਚ ਵਾਰ ਵਾਰ ਲੈਂਦੇ ਰਹੋ, ਨਿੱਘਾ ਪਾਣੀ ਜਿਵੇਂ ਹੁਣ ਮੌਸਮ ਸਰਦੀ ਦਾ ਲੈ ਸਕਦੇ ਹੋ, ਅਤੇ ਕੇਲਾ ਅਤੇ ਅਮਰੂਦ ਇਹ ਖਾਣਾ ਬੰਦ ਕਰ ਦਿਉ ਬਿਲਕੁਲ, ਕਿਉਂਕਿ ਕਈ ਵਾਰੀ ਸੋਚਦੇ ਵੀ ਕੇਲੇ ਦੇ ਨਾਲ ਤਾਂ ਸੀਮਨ ਵੱਧਦਾ, ਕੇਲਾ ਖਾਣਾ ਕਿਉਂ ਬੰਦ ਕੀਤਾ। ਕੇਲੇ ਦੇ ਨਾਲ ਕਈ ਵਾਰੀ ਕੀ ਹੁੰਦਾ, ਕਈ ਇਨਸਾਨਾਂ ਦੇ ਇੰਡਾਈਜੇਸ਼ਨ ਦੀ ਪ੍ਰੋਬਲਮ ਹੁੰਦੀ ਹੈ, ਸਹੀ ਢੰਗ ਨਾਲ ਪਚ ਨਹੀਂ ਪਾਉਂਦਾ, ਲਿਵਰ ਪਹਿਲਾਂ ਹੀ ਕੰਮ ਨਹੀਂ ਕਰਦਾ, ਲਿਵਰ ਦੇ ਵਿੱਚ ਗਰਮੀ ਹੁੰਦੀ ਹੈ ਜਾਂ ਮਸਾਣੇ 'ਚ ਗਰਮੀ ਹੁੰਦੀ ਹੈ, ਇਹਨੂੰ ਜਿਹੜਾ ਪਕਾਉਣ ਵਾਸਤੇ ਕੈਮੀਕਲ ਲੱਗਦਾ ਕੇਲੇ ਨੂੰ, ਉਹ ਨੁਕਸਾਨ ਕਰ ਜਾਂਦਾ, ਲਗਾਤਾਰ ਲੈਣ ਦੇ ਨਾਲ ਉਹਦਾ ਕੈਮੀਕਲ ਜਿਹੜਾ ਉਹ ਸਰੀਰ 'ਤੇ ਅਸਰ ਕਰਨਾ ਸ਼ੁਰੂ ਕਰ ਦਿੰਦਾ, ਜਿਹਦੇ ਨਾਲ ਮਤਲਬ ਜਿਹੜੀ ਗਲਤੀ ਹੋ ਜਾਂਦੀ ਹੈ, ਗੜਬੜ ਹੋ ਜਾਂਦੀ ਹੈ। ਬਾਕੀ ਜੇ ਤੁਸੀਂ ਆਂਡਾ ਖਾਂਦੇ ਹੋ ਜਾਂ ਚਿਕਨ ਖਾਂਦੇ ਹੋ ਵੀ ਸਾਡੇ ਸਰੀਰ 'ਚ ਤਾਕਤ ਪਵੇ, ਤਾਂ ਉਹਦੇ ਨਾਲ
ਗਲਤੀ ਨਾ ਕਰੋ ਕਿਉਂਕਿ ਉਹ ਗਰਮੈਸ਼ ਦੇ ਨਾਲ ਤੁਹਾਡੇ ਮਸਾਨੇ 'ਚ ਗਰਮੀ ਪਊਗੀ, ਲੀਕੇਜ ਵਧੂਗਾ। ਇਹਦੀ ਜਗ੍ਹਾ ਤੁਸੀਂ ਫਰੂਟ 'ਤੇ ਜ਼ੋਰ ਦਿਓ, ਫਰੂਟ ਜੂਸ 'ਤੇ ਜ਼ੋਰ ਦਿਓ। ਇਹ ਗੱਲਾਂ ਦਾ ਖਿਆਲ ਰੱਖੋ, ਇੱਕ ਕਬਜ਼ੀ ਨਾ ਹੋਣ ਦਿਓ। ਇਹ ਗੱਲ ਦਾ ਖਿਆਲ ਰੱਖਿਆ ਜਾਏ, ਰੋਟੀ ਜਦੋਂ ਖਾਂਦੇ ਹੋ ਚੰਗੀ ਤਰ੍ਹਾਂ ਚਵਾ ਕੇ ਚਿੱਥ ਕੇ ਖਾਓ। ਤੁਹਾਡਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।